ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਇਲਾਕਾ ਵਿਕਾਸ ਕਾਰਜਾਂ ਤੋਂ ਸੱਖਣ ਹੈ, ਕਿਉਂਕਿ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਇਹ ਸਕੂਲੀ ਬੱਚੇ ਇਸ ਗੋਡੇ ਗੋਡੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਨੇ ਤਾਂ ਜੋ ਉਹ ਆਪਣੇ ਸਕੂਲ ਪਹੁੰਚ ਸਕਣ। ਬੱਚਿਆਂ ਦੇ ਮਾਪੇ ਉਹਨਾਂ ਨੂੰ ਗੋਦੀ ਚੁੱਕ ਕੇ ਇਸ ਪਾਣੀ ਦੇ ਵਿੱਚੋਂ ਲੰਘਾਉਂਦੇ ਨਜ਼ਰ ਆ ਰਹੇ ਨੇ। ਹਾਲਾਂਕਿ ਚੋਣਾਂ ਦੇ ਸਮੇਂ ਸਿਆਸੀ ਆਗੂਆਂ ਵੱਲੋਂ ਲੋਕਾਂ ਨਾਲ ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ, ਪਰ ਇਹ ਇਲਾਕਾ ਪ੍ਰਸ਼ਾਸਨ ਤੇ ਸਰਕਾਰ ਦੀਆਂ ਅੱਖਾਂ ਤੋਂ ਪਰੋਖ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਇੱਕ ਪਹਾੜੀ ਇਲਾਕਾ ਹੈ ਜਿੱਥੇ ਲੋਕਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇਲਾਕਾ ਹੈ ਪਠਾਨਕੋਟ ਦਾ, ਜੋ ਅੱਜ ਵੀ ਵਿਕਾਸ ਪੱਖੋਂ ਸਿਆਸੀ ਆਗੂਆਂ ਦੀ ਉਡੀਕ ਦੇ ਵਿੱਚ ਹੈ। ਦੱਸਣਾ ਬਣਦਾ ਹੈ ਕਿ ਅੱਜ ਤੋਂ 4 ਸਾਲ ਪਹਿਲਾਂ ਧਾਰ ਦੇ ਨੇੜੇ ਪਿੰਡ ਚੰਡੋਲਾ ਨੂੰ ਬਾਕੀ ਪਿੰਡਾਂ ਨਾਲ ਜੋੜਨ ਵਾਲਾ ਪੁਲ ਪਹਾੜਾਂ 'ਚ ਹੋਈ ਤੇਜ਼ ਬਰਸਾਤ ਦੇ ਕਾਰਨ ਟੁੱਟ ਗਿਆ ਸੀ ਅਤੇ ਉਸ ਵੇਲੇ ਕਈ ਸਿਆਸੀ ਆਗੂ ਦੌਰਾ ਕਰਨ ਇੱਥੇ ਪੁੱਜੇ ਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਪੁਲ ਦਾ ਨਿਰਮਾਣ ਜਲਦ ਕਰਾਉਣ ਦੀ ਗੱਲ ਕੀਤੀ ਗਈ ਸੀ, ਪਰ ਉਸਦੇ ਬਾਵਜੂਦ 4 ਸਾਲਾਂ ਦਾ ਸਮਾਂ ਬੀਤ ਗਿਆ, ਉਸਦੇ ਬਾਅਦ ਵੀ ਇਹ ਪੁਲ ਤਿਆਰ ਨਹੀਂ ਹੋਇਆ ਤੇ ਲੋਕਾਂ ਨੂੰ ਉਡੀਕ ਹੈ ਕਿ ਇਹ ਕਦੋਂ ਪੁਲ ਬਣ ਕੇ ਤਿਆਰ ਹੋਵੇ। ਆਲਮ ਇਹ ਹੈ ਕਿ ਬੱਚੇ ਬਰਸਾਤ ਦੇ ਦਿਨਾਂ ਦੇ ਵਿੱਚ ਕਈ ਦਿਨ ਸਕੂਲ ਵੀ ਨਹੀਂ ਜਾ ਪਾਉਂਦੇ, ਕਿਉਂਕਿ ਖੱਡ 'ਚ ਕਾਫੀ ਪਾਣੀ ਇਕੱਠਾ ਹੋ ਜਾਂਦਾ ਹੈ ਜੋ ਖਤਰੇ ਤੋਂ ਘੱਟ ਨਹੀਂ ਹੁੰਦਾ, ਅਤੇ ਜਿਵੇਂ ਹੀ ਪਾਣੀ ਘੱਟ ਹੁੰਦਾ ਹੈ ਉਸ ਤੋਂ ਬਾਅਦ ਬੱਚੇ ਸਕੂਲ ਜਾ ਪਾਉਂਦੇ ਨੇ, ਉਹ ਵੀ ਖੜੇ ਹੋਏ ਪਾਣੀ ਵਿੱਚੋਂ ਲੰਘ ਕੇ। ਇਸ ਸੰਬੰਧੀ ਜਦੋਂ ਸਕੂਲੀ ਬੱਚਿਆਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 4 ਸਾਲ ਪਹਿਲਾਂ ਇਹ ਪੁਲ ਟੁੱਟ ਗਿਆ ਸੀ ਜਿਸ ਨੂੰ ਅੱਜ ਤੱਕ ਨਹੀਂ ਬਣਵਾਇਆ ਗਿਆ। ਲੋਕਾਂ ਨੇ ਕਿਹਾ ਕਿ ਕਈ ਵਾਰ ਇਸ ਸੰਬੰਧੀ ਉਹਨਾਂ ਵੱਲੋਂ ਸਿਆਸੀ ਆਗੂਆਂ ਨੂੰ ਜਾਣੂ ਕਰਵਾਇਆ ਗਿਆ, ਪਰ ਉਸ ਦੇ ਬਾਵਜੂਦ ਅੱਜ ਵੀ ਉਹਨਾਂ ਨੂੰ ਇਸ ਪੁਲ ਦੇ ਬਣਨ ਦੀ ਉਡੀਕ ਹੈ। ਨਾਮ ਹੈ ਬੇਟਾ ਆਪਕਾ? ਮੇਰਾ ਨਾਮ ਜਸਪ੍ਰੀਤ ਹੈ। ਕਿਹੜੀ ਕਲਾਸ ਪੜ੍ਹਦੇ ਬੇਟਾ? ਫਸਟ ਵਿੱਚ। ਬੇਟਾ ਇਹ ਜਿਹੜਾ ਪੁਲ ਟੁੱਟਿਆ ਪਿਆ, ਕੀ ਮੁਸ਼ਕਲ ਆਉਂਦੀ ਹੈ ਤੁਹਾਨੂੰ? ਇਹ ਪੁਲ ਟੁੱਟ ਗਿਆ, ਮੈਂ ਸਕੂਲ ਜਾਣੇ ਕੀ ਵੀ ਦਿੱਕਤ ਹੋਤੀ। ਕੀ ਮੁਸ਼ਕਲ, ਕੀ ਮੁਸ਼ਕਲ ਆ ਰਹੀ ਹੈ ਬੇਟਾ? ਜਬ ਬਾਰਿਸ਼ ਹੋਤੀ ਹੈ ਇਧਰ ਕਾ ਪਾਣੀ ਜ਼ਿਆਦਾ ਹੋ ਜਾਤਾ ਹੈ, ਫਿਰ ਹਮ ਸਕੂਲ ਵੀ ਨਹੀਂ ਜਾ ਪਾਤੇ, ਫਿਰ ਬੜਾਈ ਮਾਰੀ ਪਿੱਛੇ ਜਾ ਰਹੀ ਹੈ। ਕੀ ਸਰਕਾਰਾਂ ਨੂੰ ਕੀ ਅਪੀਲ ਕਰੋਗੇ? ਕੀ ਪੁਲ ਬਣ ਜਾਏ ਮਾਰਾ। ਇਸ ਪੁਲ ਟੁੱਟਣ 4 ਸਾਲ ਹੋ ਗਏ ਜੀ, ਕਿਸੇ ਵੀ ਗਵਰਨਮੈਂਟ ਨੇ ਪੁਲ ਨਹੀਂ ਤੋੜ ਬੁਲਾਇਆ। ਕਈ ਗਵਰਨਮੈਂਟ ਆਈਆਂ, BJP ਵੀ ਚਲੇ ਗਈ, ਕਾਂਗਰਸ ਦੀ ਵੀ ਬਣੀ ਆ, ਉਸ ਨੇ ਨਹੀਂ ਬਣਾਇਆ, ਆਮ ਪਾਰਟੀ ਉਸ ਨੇ ਨਹੀਂ ਬਣਾਇਆ। ਇਸ ਪੁਲ ਇੰਨੀ ਦਿੱਕਤ ਹੈ ਸਾਡੇ ਲੋਕਾਂ ਵੀ, ਇਹ ਪੁਲ 3 ਸਟੇਟ ਹੈ ਜਿੱਦਾਂ ਪੰਜਾਬ, ਹਿਮਾਚਲ, JK, ਕਿਸੇ ਵੀ ਅਧਿਕਾਰੀ ਨੇ ਇਹ ਨਹੀਂ ਸੋਚਿਆ ਵੀ ਸਕੂਲ ਕੋ ਜਲਦੀ ਤੋਂ ਜਲਦੀ ਬਣਾਇਆ ਜਾਏ, ਇਹਨਾਂ ਲੋਕਾਂ ਜਿੰਨੀ ਦਿੱਕਤ ਸੀ ਦੂਰ ਕੀਤੀ ਜਾਏ, ਸੋਚਦਾ ਹੀ ਨਹੀਂ ਕੋਈ ਵੀ, ਕਿਸੇ ਨੇ ਨਹੀਂ ਸੋਚਿਆ ਇਸ ਬਾਰੇ ਮੈਂ। ਮਾਰੀ ਇਤਨੀ ਦਿੱਕਤ ਇਸ ਪੁਲ ਵਿੱਚ, ਇਤਨੀ ਦਿੱਕਤ, ਇਤਨੀ ਗੌਰਮੈਂਟ ਲਾਪਰਾਹ ਹੋ ਗਈ ਅਤੇ ਗਰੀਬ ਇਲਾਕੇ ਮਾਨਤਾ ਹੀ ਕੋਈ ਨਹੀਂ, ਸੁਣਤਾ ਹੀ ਕੋਈ ਨਹੀਂ ਹੈ। ਇਹ ਮਾਰਾ ਪਿਛੜਾ ਹੋਇਆ ਇਲਾਕਾ ਹੈ, ਜੋ ਵੀ ਰੋਡ ਹਮਾਰਾ ਦਿਖ ਰਿਹਾ ਉਹ ਬੂੜੀਵੇਂ ਚਲ ਜਾਓ, ਦੁਰੀਵੇਂ ਚਲ ਜਾਓ, ਸਭ ਰੋਡ ਟੁੱਟੇ ਪੜੇ ਆ। ਕਿਸੇ ਨੇ ਵੀ ਅੱਜ ਤੱਕ ਪਹਿਲਾਂ ਗੌਰਮੈਂਟ ਥੋੜੀ ਟਰਾਕੀਆਂ ਲਗਾ ਦਿੱਤੀ ਸੀ ਰੋਡ ਮੈਂ, ਉਹ ਟਰਾਕੀਆਂ ਵੀ ਲਗਾਤੀ ਆ ਵੀ, ਉਹ ਵੀ ਛੋਟੀਆਂ ਬੰਦ ਕਰ ਦਈਆਂ, ਕੋਈ ਲੁੱਕ ਨਹੀਂ ਪਾਇਆ, ਕੋਈ ਬਜ ਨਹੀਂ ਪਾਤਾ। ਬੱਚੇ ਇਤਨੀ ਮੁਸ਼ਕਲ, ਜਿਹੜੇ ਇਸ ਵੇਲੇ ਬੱਚੇ ਦੇਖੋ ਪਾਣੀ ਮੈਂ ਪੜੇ ਹੋਏ ਆ, ਇਹਨਾਂ ਬੱਚਿਆਂ ਨੇ ਕਿਆ ਪੜ੍ਹਨਾ, ਸਿਰਫ ਆਪਣਾ ਪੜ੍ਹਨਾ? ਇਹ ਬੱਚੇ ਅਲੱਗ ਬਣ ਰਹੇ ਆ, ਜੇ ਵੀ ਉਹਨਾਂ ਪੜ੍ਹਾਈ ਪਿੱਛੇ ਜਾ ਰਹੀ ਆ, 15 ਮਿੰਟ ਘਰ ਬੈਠਣਾ, ਕਹਾਂ ਉਹ ਪੜ੍ਹੇਗੇ ਜੇ, ਕਹਾਂ ਉਹ ਡਾਕਟਰ ਬਣੇ, ਕਹਾਂ ਉਹ ਉੱਚਾ ਦੇ ਪਹੁੰਚੇਗੇ। ਹਾਂ ਇਹ ਵੀ ਹਮਾਰੇ ਸਕੂਲ ਕੋ ਬਣਨਾ ਚਾਹੀਏ, ਜਲਦੀ ਜਲਦ ਪੁਲ ਬਣਨਾ ਚਾਹੀਏ, ਔਰ ਗੌਰਮੈਂਟ ਜੋ ਲਿੰਕ ਰੋਡ ਇਹਨਾਂ ਕੇ ਲੁੱਕ ਪਾਉਣੀ ਚਾਹੀਏ। ਸਰ ਪੁਲ ਟੁੱਟੇ ਨੂੰ 4 ਸਾਲ ਹੋ ਗਏ ਆ, 4 ਸਾਲ 'ਚ ਸਾਡੀ ਕੋਈ ਸੁਣਵਾਈ ਨਹੀਂ ਹੋਈ, ਸਰਕਾਰਾਂ ਵੱਡੇ ਵੱਡੇ ਦਾਅਵੇ ਕਰਕੇ ਜਾਂਦੀਆਂ ਨੇ,
ਕਿ ਤੁਹਾਡਾ ਪੁਲ ਬਣ ਜਾਣਾ ਹੈ, ਮਹੀਨੇ 'ਚ ਬਣ ਜਾਣਾ ਹੈ, ਡੇਢ ਮਹੀਨੇ 'ਚ ਬਣ ਜਾਣਾ ਹੈ, ਤਾਂ 4 ਸਾਲ 'ਚ ਇਹਨਾਂ ਦੇ ਮਹੀਨਾ ਮਹੀਨਾ ਦਿਨ ਜਿਹੜਾ ਹੈ ਪੂਰਾ ਨਹੀਂ ਹੋ ਰਿਹਾ। ਤਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਕੋਈ ਪੇਸ਼ੈਂਟ ਬਿਮਾਰ ਹੋ ਰਿਹਾ ਹੈ, ਮਤਲਬ ਉਹਨੂੰ ਹੋਸਪਿਟਲ ਪਹੁੰਚਾਉਣ 'ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਾਨੂੰ। ਤੇ ਸਾਡਾ ਇਹ ਪੁਲ ਤੇ ਟੁੱਟਿਆ ਟੁੱਟਿਆ, ਅੱਗੇ ਜਾ ਕੇ ਤੁਸੀਂ ਸਾਡਾ ਗ੍ਰਾਮ ਦੇਖੋਗੇ, ਪਿੰਡ ਦੇਖੋਗੇ, ਇਹਦੋਂ ਤਾਂ ਵੀ ਬੁਰੇ ਹਾਲਾਤ ਹਨ ਉੱਥੇ। ਮਤਲਬ ਬੰਦਾ ਪੈਦਲ ਸਕੂਟਰ ਜਾਂ ਕੋਈ ਗੱਡੀ ਉਦਾਂ ਦਾ ਸਾਧਨ ਤਾਂ ਵੈਸੇ ਬੰਦ ਆ, ਬੰਦਾ ਪੈਦਲ ਨਹੀਂ ਜਾ ਸਕਦਾ, ਇੰਨਾ ਬੁਰਾ ਹਾਲ ਹੈ ਰੋਡ ਦਾ। ਅਪੀਲ ਸਾਡੀ ਇਹੀ ਹੈ ਕਿ ਸਾਡੇ ਇਸ ਇਲਾਕੇ ਦਾ ਥੋੜ੍ਹਾ ਸੁਧਾਰ ਕਰ ਦਿਓ ਪੰਘੂੜੀ ਦਾ। ਇਹ ਪੁਲ ਟੁੱਟੇ ਨੂੰ 4 ਸਾਲ ਹੋ ਗਿਆ, ਤਾਂ ਅਸੀਂ ਕਹਿੰਦੇ ਹਾਂ ਕਿ ਜਲਦ ਤੋਂ ਜਲਦ ਇਹ ਪੁਲ ਬਣਨਾ ਚਾਹੀਦਾ ਹੈ। ਬੱਚਿਆਂ ਦੇ ਹਾਲਾਤ ਵੇਖ ਲਓ ਤੁਸੀਂ, ਕਿ ਮਤਲਬ ਅਸੀਂ ਦਿਹਾੜੀਦਾਰ ਬੰਦੇ ਹਾਂ, ਅਸੀਂ ਬੱਚਿਆਂ ਨੂੰ ਚੱਕ ਚੱਕ ਕੇ, 2 ਗੱਡੀਆਂ ਨੇ, ਇੱਕ ਪਾਰ ਇੱਕ ਇੱਧਰ, ਮਤਲਬ ਇੱਥੇ ਡੇਲੀ ਮਤਲਬ ਬੰਦਿਆਂ ਦੀ 2 ਬੰਦੇ ਦੀ ਡਿਊਟੀ ਲੱਗੀ ਹੈ। ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹੈ, ਇੱਕ ਦਿਨ ਦਾ ਹੀ ਗੱਲ ਨਹੀਂ ਹੈ, 15-15 ਦਿਨ ਪਾਣੀ ਰਹਿੰਦਾ ਇੱਥੇ ਜੀ, 15-15 ਦਿਨ ਮਤਲਬ ਬੱਚੇ ਘਰੇ ਰਹਿੰਦੇ ਆ, ਇੱਕ ਦਿਨ ਦੀ ਗੱਲ ਨਹੀਂ। ਇੱਥੇ ਪੜ੍ਹਾਈ ਬਹੁਤ ਜ਼ਿਆਦਾ ਪਿੱਛੇ ਪੈ ਰਹੀ ਹੈ ਇਹਨਾਂ ਦੀ, ਅਤੇ ਗੌਰਮੈਂਟ ਕਹਿੰਦੀ ਹੈ ਬੱਚਿਆਂ ਨੂੰ ਪੜ੍ਹਾਓ ਅਤੇ ਲਿਖਾਓ, ਇਹਨਾਂ ਨੂੰ ਡਾਕਟਰ ਬਣਾਓ। ਕੀ ਡਾਕਟਰ ਬਣਾਉਣਾ ਹੈ, ਜਿੱਦਾਂ ਦੀ ਅਸੀਂ ਜ਼ਿੰਦਗੀ ਕੱਟ ਰਹੇ ਹਾਂ ਉੱਦਾਂ ਹੀ ਫਿਰ ਬੱਚੇ ਕੱਟਣਗੇ। ਸਰ ਸਾਨੂੰ 4 ਸਾਲ ਹੋ ਗਏ ਆ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਸਰਕਾਰਾਂ ਇੱਥੇ ਮਤਲਬ ਕਿ ਕਈ ਸਰਕਾਰਾਂ ਆਈਆਂ, ਕਈ ਸਾਨੂੰ ਵਾਅਦੇ ਕਰਕੇ ਜਾਂਦੇ ਆ ਕਿ 5 ਦਿਨਾਂ 'ਚ ਪੁਲ ਬਣਾ ਦਾਂਗੇ, 10 ਦਿਨਾਂ 'ਚ ਬਣਾ ਦਾਂਗੇ, 20 ਦਿਨਾਂ 'ਚ ਬਣਾ ਦਾਂਗੇ, ਅਤੇ 4 ਸਾਲ ਹੋ ਗਿਆ, ਮਤਲਬ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਸਾਡੀ। ਅਤੇ ਸਾਡੇ ਤੁਹਾਡੇ ਸਾਹਮਣੇ ਬੱਚੇ ਤੁਸੀਂ ਦੇਖੇ ਹੀ ਆਪੇ ਇੱਥੇ ਆ ਗਏ, ਕਿ ਕਿੱਦਾਂ ਹੀ ਚੁੱਕ ਕੇ ਪਾਰ ਕਰਾਉਂਦੇ ਹਾਂ ਇਹਨਾਂ ਨੂੰ। ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਬੱਚੇ ਸਾਡੇ ਘਰਾਂ 'ਚ ਰਹਿ ਜਾਂਦੇ ਆ, ਅਤੇ ਸਾਰੀ ਪੜ੍ਹਾਈ ਇਹਨਾਂ ਦੀ ਪਿੱਛੇ ਚੱਲ ਜਾਂਦੀ ਹੈ। ਗੌਰਮੈਂਟ ਇੱਦਾਂ ਵਾਅਦੇ ਕਰਦੀ ਹੈ ਕਿ ਦੁਨੀਆ ਜੇ ਅਸੀਂ ਬੁਲਟ ਟ੍ਰੇਨ ਲਿਆਤੀ ਹੈ, ਦੁਨੀਆ ਚੰਦ 'ਤੇ ਪਹੁੰਚ ਗਈ, ਫਲਾਣਾ ਹੋ ਗਿਆ, ਢਮਕਾਣਾ ਹੋ ਗਿਆ, ਇਹ ਪੁਲ ਤਾਂ ਸਾਡਾ ਬਣਿਆ ਨਹੀਂ, ਸਾਨੂੰ ਅਸੀਂ ਕਿੱਥੇ ਮਤਲਬ ਕਿ ਤਰੱਕੀ ਕਰਨੀ ਸਾਡੇ ਬੱਚਿਆਂ ਨੇ। ਅਸੀਂ ਤਾਂ ਦਿਹਾੜੀਦਾਰ, ਅਸੀਂ ਤਾਂ ਦਿਹਾੜੀ ਵੀ ਨਹੀਂ ਲਾ ਸਕਦੇ, ਕਿਉਂਕਿ ਦਿਹਾੜੀ ਲਾਉਣ ਚੱਲ ਜਾਈਏ ਬੱਚੇ ਰੁੜ ਜਾਣੇ, ਸਾਡੇ ਬੱਚੇ ਮਰ ਜਾਣੇ ਆ, ਅਤੇ ਇਹਨਾਂ ਨੂੰ ਪਾਰ ਕਰਾਉਣ ਆਉਣਾ ਪੈਂਦਾ ਅਤੇ ਨਾਲ ਲੈ ਕੇ ਜਾਣਾ ਪੈਂਦਾ। ਸਰਕਾਰਾਂ ਦੇ ਅੱਗੇ ਸਾਨੂੰ ਇਹੀ ਅਪੀਲ ਹੈ ਸਾਡੀ ਕਿ ਸਾਡਾ ਪੁਲ ਜਿਹੜਾ ਛੇਤੀ ਤੋਂ ਛੇਤੀ ਬਣਾਇਆ ਜਾਏ। ਔਰ ਬਾਕੀ ਇਹ ਪੁਲ ਦੀ ਸਮੱਸਿਆ ਨਹੀਂ ਹੈਗੀ, ਸਾਡੇ ਪਿੰਡਾਂ 'ਚ ਜਿੰਨੇ ਵੀ ਲਿੰਕ ਰੋਡ ਹੈਗੇ ਆ, ਕਿਸੇ ਵੀ ਮਤਲਬ ਲਿੰਕ 'ਚ ਨਾ ਚੱਜ ਦਾ ਰੋਡ ਹੈ ਨਹੀਂ, ਮਤਲਬ ਤਾਰ ਕੋਲ ਹੈ ਨਹੀਂ ਕਿਸੇ ਚੀਜ਼ ਦੀ, ਔਰ ਇੰਨੇ ਇੰਨੇ ਖੱਡੇ ਹੈਗੇ, ਸਕੂਟਰ ਜਾਂ ਮੋਟਰਸਾਈਕਲ ਆਏ ਦਿਨ ਡਿੱਗਦੇ ਰਹਿੰਦੇ, ਐਕਸੀਡੈਂਟ ਹੁੰਦੇ ਰਹਿੰਦੇ ਆ। ਪੁਲ ਔਰ ਜਿਹੜੀਆਂ ਰੋਡਾਂ ਬਣੀ ਜਾਏ, ਹਾਂਜੀ, ਇੱਕ ਮਤਲਬ ਕਿ ਪੁਲ ਟੁੱਟਣ ਤੋਂ ਬਾਅਦ ਇੱਕ ਮਾਤਰ ਰੋਡ ਹੈ ਸਾਡਾ ਪੱਟੋਂ ਵਾਲਾ, ਉਹ ਵੀ ਪੁਲ ਦੀ ਪੁਲੀ ਬਹਿ ਗਈ, ਉਹ ਵੀ ਟੁੱਟ ਗਿਆ, ਤੁਸੀਂ ਦੇਖਿਓ ਉੱਧਰ ਜਾ ਕੇ ਤੁਸੀਂ ਮਤਲਬ ਕਿ ਪਾਇਓ ਰਿਪੋਰਟ, ਉਹ ਮਤਲਬ ਕਿ ਬਿਲਕੁਲ ਖਤਮ ਹੋਣ ਵਾਲਾ, ਕਿਸੇ ਦੇ ਨਾਲ ਹਾਸਾ ਹੋਣਾ, ਉੱਥੇ ਕੋਈ ਨਾ ਕੋਈ ਸਕੂਲ ਦੀ ਗੱਡੀ ਡਿੱਗਣੀ ਹੈ ਜਾਂ ਤਾਂ ਕੋਈ ਬੱਚੇ ਮਤਲਬ ਕਿ ਇੱਦਾਂ ਪਸੰਜੇ ਡਿੱਗਣੇ ਆ।